ਮੇਰਾ ਨਾਮ ਅਸ਼ਮੀਤ ਹੈ ਜੀ। ਮੇਰੇ ਫਰੀਦਕੋਟ ਪੇਪਰ ਚੱਲ ਰਹੇ ਨੇ ਸੈਂਟਰ 'ਚ। ਅੱਜ ਮੈਂ ਲੇਟ ਹੋ ਗਈ ਅਤੇ ਅੱਜ ਦੇਖੋ ਕੀ ਬਣਦਾ ਆ। ਮੈਂ ਬਸ ਅਪੀਲ ਕਰਦੀ ਹਾਂ ਸਕੂਲ ਨੂੰ, ਸਭ ਨੂੰ, ਕਿ ਮੇਰਾ ਪੇਪਰ ਲਿਆ ਜਾਵੇ। ਤੁਸੀਂ ਜਾਣਾ ਕਾਹਦੇ ਤੇ ਸੀਗਾ ਉੱਥੇ ਫਰੀਦਕੋਟ? ਅਸੀਂ ਬੱਸ ਤੇ ਜਾਂਦੇ ਹਾਂ ਰੋਜ਼। ਤੁਹਾਨੂੰ ਪਤਾ ਨਹੀਂ ਸੀ ਬੱਸਾਂ ਦੀ ਹੜਤਾਲ? ਨਹੀਂ, ਸਾਨੂੰ ਪਤਾ ਨਹੀਂ ਸੀ ਵੀ ਅੱਜ ਬੱਸਾਂ ਦੀ ਹੜਤਾਲ ਹੈ। ਹੁਣ ਫਿਰ ਕੀ ਕਿਹਾ, ਹੁਣ ਘਰੇ ਕਿਹਾ ਜਾਂ ਕਿਵੇਂ, ਕਿਸ ਤਰ੍ਹਾਂ ਜਾਓਗੇ? ਹਾਂਜੀ, ਹੁਣ ਘਰੇ ਫੋਨ ਕੀਤਾ ਆ ਵੀਰੇ ਨੂੰ ਤੇ ਉਹ ਆਂਦੇ ਪਏ ਨੇ ਮੋਟਰਸਾਈਕਲ ਲੈ ਕੇ। ਕਿੰਨੇ ਵਜੇ ਪਹੁੰਚਣਾ ਸੀ ਪੁੱਤਰ, ਕੀ ਲੱਗਦਾ ਹੈਗਾ ਉੱਥੇ? ਰਾਈਟ 10:30 ਵਜੇ ਪਹੁੰਚਣਾ ਆ, 11 ਵਜੇ ਪੇਪਰ ਸਟਾਰਟ ਹੁੰਦਾ ਆ। ਤੇ ਤੁਸੀਂ ਨਹੀਂ ਪਹੁੰਚੇ ਤਾਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੇ ਲੇਟ ਹੁੰਦੇ ਥੋੜਾ ਬਹੁਤਾ? ਅਸੀਂ ਬਸ ਇਹੀ ਅਪੀਲ ਕਰਾਂਗੇ ਵੀ ਮੇਰਾ ਪੇਪਰ ਲੈ ਲਿਆ ਜਾਵੇ, ਕਿਉਂਕਿ 10th ਦੀ ਮੈਟ੍ਰਿਕਸ ਦੀ ਪੜ੍ਹਾਈ ਹੈ। ਅਗਰ ਛੁੱਟ ਗਈ ਤਾਂ ਮਤਲਬ ਸਾਲ ਖਰਾਬ ਜਾਵੇਗਾ। ਮੇਰਾ ਨਾਮ ਅਸ਼ਮੀਤ ਹੈ ਜੀ। ਮੇਰੇ ਫਰੀਦਕੋਟ ਪੇਪਰ ਚੱਲ ਰਹੇ ਨੇ ਸੈਂਟਰ 'ਚ। ਅੱਜ ਮੈਂ ਲੇਟ ਹੋ ਗਈ ਅਤੇ ਅੱਜ ਦੇਖੋ ਕੀ ਬਣਦਾ ਆ। ਮੈਂ ਬਸ ਅਪੀਲ ਕਰਦੀ ਹਾਂ ਸਕੂਲ ਨੂੰ, ਸਭ ਨੂੰ, ਕਿ ਮੇਰਾ ਪੇਪਰ ਲਿਆ ਜਾਵੇ। ਤੁਸੀਂ ਜਾਣਾ ਕਾਹਦੇ ਤੇ ਸੀਗਾ ਉੱਥੇ ਫਰੀਦਕੋਟ? ਅਸੀਂ ਬੱਸ ਤੇ ਜਾਂਦੇ ਹਾਂ ਰੋਜ਼। ਤੁਹਾਨੂੰ ਪਤਾ ਨਹੀਂ ਸੀ ਬੱਸਾਂ ਦੀ ਹੜਤਾਲ? ਨਹੀਂ, ਸਾਨੂੰ ਪਤਾ ਨਹੀਂ ਸੀ ਵੀ ਅੱਜ ਬੱਸਾਂ ਦੀ ਹੜਤਾਲ ਹੈ। ਹੁਣ ਫਿਰ ਕੀ ਕਿਹਾ, ਹੁਣ ਘਰੇ ਕਿਹਾ ਜਾਂ ਕਿਵੇਂ, ਕਿਸ ਤਰ੍ਹਾਂ ਜਾਓਗੇ? ਹਾਂਜੀ, ਹੁਣ ਘਰੇ ਫੋਨ ਕੀਤਾ ਆ ਵੀਰੇ ਨੂੰ ਤੇ ਉਹ ਆਂਦੇ ਪਏ ਨੇ ਮੋਟਰਸਾਈਕਲ ਲੈ ਕੇ। ਕਿੰਨੇ ਵਜੇ ਪਹੁੰਚਣਾ ਸੀ ਪੁੱਤਰ, ਕੀ ਲੱਗਦਾ ਹੈਗਾ? ਉੱਥੇ ਰਾਈਟ 10:30 ਵਜੇ ਪਹੁੰਚਣਾ ਆ, 11 ਵਜੇ ਪੇਪਰ ਸਟਾਰਟ ਹੁੰਦਾ ਆ। ਤੇ ਤੁਸੀਂ ਨਹੀਂ ਪਹੁੰਚੇ ਤਾਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੇ ਲੇਟ ਹੁੰਦੇ ਥੋੜਾ ਬਹੁਤਾ? ਅਸੀਂ ਬਸ ਇਹੀ ਅਪੀਲ ਕਰਾਂਗੇ ਵੀ ਮੇਰਾ ਪੇਪਰ ਲੈ ਲਿਆ ਜਾਵੇ, ਕਿਉਂਕਿ 10th ਦੀ ਮੈਟ੍ਰਿਕਸ ਦੀ ਪੜ੍ਹਾਈ ਹੈ। ਅਗਰ ਛੁੱਟ ਗਈ ਤਾਂ ਮਤਲਬ ਸਾਲ ਖਰਾਬ ਜਾਵੇਗਾ। ਮੇਰਾ ਨਾਮ ਅਸ਼ਮੀਤ ਹੈ ਜੀ। ਮੇਰੇ ਫਰੀਦਕੋਟ ਪੇਪਰ ਚੱਲ ਰਹੇ ਨੇ ਸੈਂਟਰ 'ਚ। ਅੱਜ ਮੈਂ ਲੇਟ ਹੋ ਗਈ ਅਤੇ ਅੱਜ ਦੇਖੋ ਕੀ ਬਣਦਾ ਆ। ਮੈਂ ਬਸ ਅਪੀਲ ਕਰਦੀ ਹਾਂ ਸਕੂਲ ਨੂੰ, ਸਭ ਨੂੰ, ਕਿ ਮੇਰਾ ਪੇਪਰ ਲਿਆ ਜਾਵੇ। ਤੁਸੀਂ ਜਾਣਾ ਕਾਹਦੇ ਤੇ ਸੀਗਾ ਉੱਥੇ ਫਰੀਦਕੋਟ? ਅਸੀਂ ਬੱਸ ਤੇ ਜਾਂਦੇ ਹਾਂ ਰੋਜ਼। ਤੁਹਾਨੂੰ ਪਤਾ ਨਹੀਂ ਸੀ ਬੱਸਾਂ ਦੀ ਹੜਤਾਲ? ਨਹੀਂ, ਸਾਨੂੰ ਪਤਾ ਨਹੀਂ ਸੀ ਵੀ ਅੱਜ ਬੱਸਾਂ ਦੀ ਹੜਤਾਲ ਹੈ। ਹੁਣ ਫਿਰ ਕੀ ਕਿਹਾ, ਹੁਣ ਘਰੇ ਕਿਹਾ ਜਾਂ ਕਿਵੇਂ, ਕਿਸ ਤਰ੍ਹਾਂ ਜਾਓਗੇ? ਹਾਂਜੀ, ਹੁਣ ਘਰੇ ਫੋਨ ਕੀਤਾ ਆ ਵੀਰੇ ਨੂੰ ਤੇ ਉਹ ਆਂਦੇ ਪਏ ਨੇ ਮੋਟਰਸਾਈਕਲ ਲੈ ਕੇ। ਕਿੰਨੇ ਵਜੇ ਪਹੁੰਚਣਾ ਸੀ ਪੁੱਤਰ, ਕੀ ਲੱਗਦਾ ਹੈਗਾ? ਉੱਥੇ ਰਾਈਟ 10:30 ਵਜੇ ਪਹੁੰਚਣਾ ਆ, 11 ਵਜੇ ਪੇਪਰ ਸਟਾਰਟ ਹੁੰਦਾ ਆ। ਤੇ ਤੁਸੀਂ ਨਹੀਂ ਪਹੁੰਚੇ ਤਾਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੇ ਲੇਟ ਹੁੰਦੇ ਥੋੜਾ ਬਹੁਤਾ? ਅਸੀਂ ਬਸ ਇਹੀ ਅਪੀਲ ਕਰਾਂਗੇ ਵੀ ਮੇਰਾ ਪੇਪਰ ਲੈ ਲਿਆ ਜਾਵੇ, ਕਿਉਂਕਿ 10th ਦੀ ਮੈਟ੍ਰਿਕਸ ਦੀ ਪੜ੍ਹਾਈ ਹੈ। ਅਗਰ ਛੁੱਟ ਗਈ ਤਾਂ ਮਤਲਬ ਸਾਲ ਖਰਾਬ ਜਾਵੇਗਾ। ਮੇਰਾ ਨਾਮ ਅਸ਼ਮੀਤ ਹੈ ਜੀ। ਮੇਰੇ ਫਰੀਦਕੋਟ ਪੇਪਰ ਚੱਲ ਰਹੇ ਨੇ ਸੈਂਟਰ 'ਚ। ਅੱਜ ਮੈਂ ਲੇਟ ਹੋ ਗਈ ਅਤੇ ਅੱਜ ਦੇਖੋ ਕੀ ਬਣਦਾ ਆ। ਮੈਂ ਬਸ ਅਪੀਲ ਕਰਦੀ ਹਾਂ ਸਕੂਲ ਨੂੰ, ਸਭ ਨੂੰ, ਕਿ ਮੇਰਾ ਪੇਪਰ ਲਿਆ ਜਾਵੇ। ਤੁਸੀਂ ਜਾਣਾ ਕਾਹਦੇ ਤੇ ਸੀਗਾ ਉੱਥੇ ਫਰੀਦਕੋਟ? ਅਸੀਂ ਬੱਸ ਤੇ ਜਾਂਦੇ ਹਾਂ ਰੋਜ਼। ਤੁਹਾਨੂੰ ਪਤਾ ਨਹੀਂ ਸੀ ਬੱਸਾਂ ਦੀ ਹੜਤਾਲ? ਨਹੀਂ, ਸਾਨੂੰ ਪਤਾ ਨਹੀਂ ਸੀ ਵੀ ਅੱਜ ਬੱਸਾਂ ਦੀ ਹੜਤਾਲ ਹੈ। ਹੁਣ ਫਿਰ ਕੀ ਕਿਹਾ, ਹੁਣ ਘਰੇ ਕਿਹਾ ਜਾਂ ਕਿਵੇਂ, ਕਿਸ ਤਰ੍ਹਾਂ ਜਾਓਗੇ? ਹਾਂਜੀ, ਹੁਣ ਘਰੇ ਫੋਨ ਕੀਤਾ ਆ ਵੀਰੇ ਨੂੰ ਤੇ ਉਹ ਆਂਦੇ ਪਏ ਨੇ ਮੋਟਰਸਾਈਕਲ ਲੈ ਕੇ। ਕਿੰਨੇ ਵਜੇ ਪਹੁੰਚਣਾ ਸੀ ਪੁੱਤਰ, ਕੀ ਲੱਗਦਾ ਹੈਗਾ? ਉੱਥੇ ਰਾਈਟ 10:30 ਵਜੇ ਪਹੁੰਚਣਾ ਆ, 11 ਵਜੇ ਪੇਪਰ ਸਟਾਰਟ ਹੁੰਦਾ ਆ। ਤੇ ਤੁਸੀਂ ਨਹੀਂ ਪਹੁੰਚੇ ਤਾਂ ਹੁਣ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੇ ਲੇਟ ਹੁੰਦੇ ਥੋੜਾ ਬਹੁਤਾ? ਅਸੀਂ ਬਸ ਇਹੀ ਅਪੀਲ ਕਰਾਂਗੇ ਵੀ ਮੇਰਾ ਪੇਪਰ ਲੈ ਲਿਆ ਜਾਵੇ, ਕਿਉਂਕਿ 10th ਦੀ ਮੈਟ੍ਰਿਕਸ ਦੀ ਪੜ੍ਹਾਈ ਹੈ। ਅਗਰ ਛੁੱਟ ਗਈ ਤਾਂ ਮਤਲਬ ਸਾਲ ਖਰਾਬ ਜਾਵੇਗਾ।